ਅੱਛਾ ਜੋ ਮੈਨੂੰ ਫੜੋ, ਮੈਂ ਕਣਕ ਬਰਾਮਦ ਕਰਾਉਣਾ, ਮੈਨੂੰ ਇੰਸਪੈਕਟਰ ਨੂੰ ਬਾਬੜ। ਮੈਂ ਕਦੀ ਵੀ ਕਾਨੂੰਨ ਜਿਹੜਾ ਉਹਨੂੰ ਹੱਥ 'ਚ ਨਹੀਂ ਲੈਂਦਾ, ਕਿਤੇ ਉਹਨੂੰ ਥੱਪੜ ਨਹੀਂ ਵੱਧਦਾ ਮੈਂ, ਕਿਤੇ ਉਹਨੂੰ ਥੱਪੜ ਨਹੀਂ ਵੱਧਦਾ ਮੈਂ। ਕਹਿੰਦੇ ਨੇ ਜਦੋਂ ਸੱਤਾ ਦਾ ਨਸ਼ਾ ਸਿਰ ਚੜ੍ਹ ਬੋਲਦਾ ਤਾਂ ਸਿਆਸਤਦਾਨ ਸਾਹਮਣੇ ਵਾਲੇ ਇਨਸਾਨ ਨੂੰ ਕੀੜੇ ਮਕੌੜੇ ਹੀ ਸਮਝਣ ਲੱਗਦੇ ਨੇ, ਤੇ ਹੁਣ ਇਹ ਸੱਤਾ ਦਾ ਨਸ਼ਾ ਕਾਂਗਰਸੀ ਆਗੂਆਂ ਦੇ ਸਿਰ ਤੇ ਸਵਾਰ ਹੈ, ਜਿਸ ਦਾ ਇਨਬਿਨ ਉਦਾਹਰਣ ਫਿਰੋਜ਼ਪੁਰ ਦੇ ਮੱਖੂ ਤੋਂ ਹੈ, ਜਿੱਥੇ ਫੂਡ ਸਪਲਾਈ ਦਫ਼ਤਰ 'ਚ ਜਾਂਚ ਕਰਨ ਪਹੁੰਚੇ ਸਾਬਕਾ ਕਾਂਗਰਸੀ ਮੰਤਰੀ ਇੰਦਰਜੀਤ ਸਿੰਘ ਜ਼ੀਰਾ ਨੇ ਫੂਡ ਸਪਲਾਈ ਇੰਸਪੈਕਟਰ ਦੇ ਥੱਪੜ ਜੜ ਦਿੱਤਾ। ਜ਼ਰਾ ਇੱਕ ਤੋਂ ਫੇਰ ਗੌਰ ਦੇ ਨਾਲ ਵੇਖੋ ਤੈਸ਼ ਵਿੱਚ ਆਏ ਕਾਂਗਰਸੀ ਮੰਤਰੀ ਇੰਦਰਜੀਤ ਸਿੰਘ ਜ਼ੀਰਾ ਦੀ ਇਹ ਕਰਤੂਤ। ਫੂਡ ਸਪਲਾਈ ਇੰਸਪੈਕਟਰ ਦੇ ਥੱਪੜ ਜੜਦੇ ਹੋਏ ਸਾਬਕਾ ਕਾਂਗਰਸੀ ਮੰਤਰੀ ਇੰਦਰਜੀਤ ਸਿੰਘ ਜ਼ੀਰਾ। ਦਰਅਸਲ ਸਾਬਕਾ ਮੰਤਰੀ ਸਾਹਿਬ ਨੇ ਸਰਕਾਰੀ ਅਨਾਜ 'ਚ ਕਥਿਤ ਤਾਂਦਰੀ ਦਾ ਦੋਸ਼ ਲਾਉਂਦਿਆਂ ਸਰਕਾਰੀ ਗੋਦਾਮ 'ਤੇ ਛਾਪਾ ਮਾਰਿਆ ਅਤੇ ਛਾਪੇ ਦੌਰਾਨ ਇੰਸਪੈਕਟਰ ਸਣੇ ਇੱਕ ਹੋਰ ਅਧਿਕਾਰੀ ਦੇ ਮੂੰਹ 'ਤੇ ਥੱਪੜ ਜੜ ਦਿੱਤਾ। ਉੱਧਰ ਮੌਕੇ 'ਤੇ ਮੌਜੂਦ ਕਿਸੇ ਵਿਅਕਤੀ ਨੇ ਇਸ ਸਾਰੀ ਘਟਨਾ ਨੂੰ ਆਪਣੇ ਫੋਨ ਵਿੱਚ ਰਿਕਾਰਡ ਕਰ ਲਿਆ, ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਨੇ ਕਾਂਗਰਸ ਨੂੰ ਘੇਰਾ ਪਾ ਲਿਆ। ਔਨ ਡਿਊਟੀ ਕਿਸੇ ਵੀ ਆਫਿਸਰ ਨੂੰ ਜਿਹੜਾ ਥੱਪੜ ਮਾਰਨਾ ਇਹ ਬਹੁਤ ਮੰਦਭਾਗਾ। ਇੰਦਰਜੀਤ ਸਿੰਘ ਜ਼ੀਰਾ ਨਾ ਤਾਂ ਜੱਜ ਹੈ ਨਾ ਪੁਲਿਸ ਹੈ। ਜੇ ਤੁਹਾਨੂੰ ਉਹਦੇ ਬਾਰੇ ਪਤਾ ਲੱਗਿਆ ਉਹ ਪੁਲਿਸ ਦਾ ਕੰਮ ਹੈ ਜਾਂ ਕਿਸੇ ਇਨਵੈਸਟੀਗੇਸ਼ਨ ਏਜੰਸੀ ਦਾ ਕੰਮ ਹੈ, ਬਈ ਇਹਦੇ ਪਿੱਛੇ ਕੀ ਹੈ ਜੋ ਇੰਦਰਜੀਤ ਜ਼ੀਰੇ ਨੇ ਥੱਪੜ ਮਾਰਿਆ, ਅਸੀਂ ਉਹਦਾ ਮਤਲਬ ਨਿੰਦਾ ਕਰਦੇ ਹਾਂ। ਦੱਸ ਦਈਏ ਕਿ ਇੰਦਰਜੀਤ ਸਿੰਘ ਜ਼ੀਰਾ ਦਾ ਪੁੱਤਰ ਇਸ ਵੇਲੇ ਕਾਂਗਰਸ ਦਾ ਮੌਜੂਦਾ ਵਿਧਾਇਕ ਹੈ, ਜਿਸ ਦਾ ਨਾਮ ਕੁਲਬੀਰ ਸਿੰਘ ਜ਼ੀਰਾ ਹੈ, ਅਤੇ ਕੁਲਬੀਰ ਸਿੰਘ ਜ਼ੀਰਾ ਨੇ ਹੀ ਆਪਣੇ ਪਿਤਾ ਨੂੰ ਅਨਾਜ ਖੁਰਦਬੁਰਦ ਹੋਣ ਦੀ ਸੂਚਨਾ ਦੇ ਆਧਾਰ ਤੇ ਛਾਪਾ ਮਾਰਨ ਲਈ ਕਿਹਾ ਸੀ। ਪਰ ਛਾਪੇਮਾਰੀ ਦਾ ਫਾਇਦਾ ਚੁੱਕਦਿਆਂ ਸਾਬਕਾ ਮੰਤਰੀ ਸਾਹਿਬ ਨੇ ਸਰਕਾਰੀ ਅਧਿਕਾਰੀਆਂ ਦੇ ਥੱਪੜਾਂ ਦੀ ਬਰਸਾਤ ਕਰ ਦਿੱਤੀ। ਮੈਂ ਪੰਜਾਬ ਦਾ ਮੰਤਰੀ ਵੀ ਰਿਹਾ, ਦੋ ਵਾਰ MLA ਰਿਹਾ, ਮੈਂ ਕਦੀ ਵੀ ਕਾਨੂੰਨ ਜਿਹੜਾ ਉਹਨੂੰ ਹੱਥ 'ਚ ਨਹੀਂ ਲੈਂਦਾ, ਪਰ ਜਿਸ ਵਕਤ ਮੈਂ SHO ਨੂੰ ਕਿਹਾ ਵੀ ਇਹ ਇੰਸਪੈਕਟਰੇਟ ਇਹਨੂੰ ਅਰੈਸਟ ਕਰੋ, ਅਤੇ ਉਹ ਮੇਰਾ ਹੱਥ ਅੱਗੇ ਵਧਿਆ, ਉਹਨੂੰ ਕੁਝ ਮੀਡੀਆ ਵਾਲੇ ਜਿਹੜੇ ਗਲਤ ਜਿਹੜੀ ਉਹਨੂੰ ਲੈ ਕੇ ਜਾ ਰਹੇ ਨੇ, ਕਿਤੇ ਉਹਨੂੰ ਥੱਪੜ ਨਹੀਂ ਵੱਧਦਾ। ਮੈਂ ਇੱਥੋਂ ਤੱਕ ਕਿਹਾ ਕਿ ਉਹ ਇੰਸਪੈਕਟਰ 'ਤੇ ਮੈਂ ਕਾਰਵਾਈ ਕੀਤੀ ਹੈ, ਤੁਸੀਂ ਉਸ ਇੰਸਪੈਕਟਰ ਨੂੰ ਪੁੱਛ ਲਓ, ਜੇ ਉਹਨੂੰ ਥੱਪੜ ਵੱਜਾ ਹੋਵੇ ਤਾਂ ਮੇਰੇ 'ਤੇ ਕਾਰਵਾਈ ਕਰ ਦੇ। ਇਹ ਮਾਮਲਾ ਹੁਣ ਪੂਰੀ ਤਰ੍ਹਾਂ ਭੱਕ ਚੁੱਕਿਆ। ਇਸ ਪੂਰੇ ਮਾਮਲੇ 'ਤੇ ਖੁਰਾਕ ਸਪਲਾਈ ਵਿਭਾਗ ਦੀਆਂ ਮੁਲਾਜ਼ਮ ਜਥੇਬੰਦੀਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੰਗ ਪੱਤਰ ਭੇਜਦਿਆਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਜ਼ੀਰਾ ਦੇ ਖਿਲਾਫ਼ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਇਸਦਾ ਅੰਜਾਮ ਖਤਰਨਾਕ ਹੋਵੇਗਾ। ਹੁਣ ਸਵਾਲ ਖੜ੍ਹੇ ਹੁੰਦੇ ਨੇ ਕਿ ਜੇਕਰ ਇੰਦਰਜੀਤ ਸਿੰਘ ਜ਼ੀਰਾ ਗਰੀਬਾਂ ਦੇ ਪੱਖ ਵਿੱਚ ਖੜ੍ਹੇ ਸਨ ਅਤੇ ਅਫਸਰ ਸੱਚਮੁੱਚ ਹੀ ਦੋਸ਼ੀ ਸੀ ਤਾਂ ਗੁੱਸੇ 'ਚ ਆ ਕੇ ਜ਼ੀਰਾ ਵੱਲੋਂ ਚੁੱਕਿਆ ਗਿਆ ਕਦਮ ਕਿੱਥੋਂ ਤੱਕ ਸਹੀ ਹੈ? ਹਰ ਤਰ੍ਹਾਂ ਦੇ ਦੋਸ਼ੀਆਂ ਨੂੰ ਕਾਨੂੰਨ ਮੁਤਾਬਕ ਸਜ਼ਾ ਦਿਵਾਉਣ ਦੀ ਗੱਲ ਕਹਿਣ ਵਾਲੇ ਕਾਂਗਰਸੀ ਮੰਤਰੀ ਜੇ ਕਾਨੂੰਨ ਤੋੜਨ ਲੱਗੇ ਤਾਂ ਲੋਕਾਂ ਦਾ ਤਾਂ ਰੱਬ ਹੀ ਰੱਖ ਹੈ। ਵੇਖਣਾ ਲਾਜ਼ਮੀ ਹੋਵੇਗਾ ਕਿ ਆਪਣੇ ਹੁਣ ਇਸ ਸਾਬਕਾ ਕਾਂਗਰਸੀ ਮੰਤਰੀ ਦੀ ਇਸ ਕਰਤੂਤ ਨੂੰ ਕੈਪਟਨ ਸਾਹਿਬ ਕਿਸ ਢੰਗ ਨਾਲ ਲੈਂਦੇ ਨੇ ਤੇ ਸਾਬਕਾ ਮੰਤਰੀ ਦੇ ਖਿਲਾਫ਼
ਕਾਂਗਰਸ ਕੀ ਕਾਰਵਾਈ ਕਰਦੀ ਹੈ। ਫਿਰੋਜ਼ਪੁਰ ਤੋਂ ਪਰਮਜੀਤ ਪੰਮਾ, D5 ਚੈਨਲ ਪੰਜਾਬੀ।